ਹੋਰ ਕੋਈ ਜੀ ਬਹੁਤ ਛੋਟਾ ਇਹ ਆਪਣੇ ਕੋਲਡੀ ਪਟੇਵੜੋ ਸਰਪੰਚ ਤੇਜਵੀਰ ਕਹਿ ਰਿਹਾ 637 ਵੋਟਾਂ ਨੇ ਮੇਰੀਆਂ ਉਹਦੇ ਵਿੱਚ 37 ਵੋਟਾਂ ਪੈਣ ਖਤਮ ਹੋ ਗਿਆ ਇਸ਼ੂ ਇੱਕ ਇਸ਼ੂ ਦੇ ਆਲੇ ਦੁਆਲੇ ਬੈਠੋ ਕੁਝ ਕਹਿਣਾ ਚਾਹੁੰਦੇ ਹੋ ਜਿਮਨੀ ਚੋਰ ਹੋਣੀ ਹੈ ਜਿਮਨੀ ਚੋਰ ਪਾਸੇ ਹੋਇਓ ਹਾਂਜੀ ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਉਹ ਕਿਸੇ ਇੱਕ ਇਸ਼ੂ ਦੇ ਆਲੇ ਦੁਆਲੇ ਉਹ ਤਾਂ ਤੁਹਾਡੀ ਆਪਸੀ ਬਹਿਸ ਹੈ ਸ਼ਾਮ ਨੂੰ ਬਹਿ ਕੇ ਕਰ ਲਿਓ ਹਾਂ ਜੀ ਭਾਜੀ ਜਿਹੜੀ ਲੋਕਤੰਤਰ ਦੀ ਗੱਲ ਕਰ ਰਹੇ ਆ ਨਾ ਜਿਹੜੀ ਪਿਛਲੀ ਟਰਮ ਸਰਪੰਚੀ ਦੀ 100 ਚੋਂ ਕਾਂਗਰਸੀ ਭਰਾ ਵਾ ਸਾਡੇ ਇਹੋ ਹੀ ਹਲਕੇ ਦੇ ਆ 80% ਬੰਦੇ ਕਾਗਜ਼ ਰਿਜੈਕਟ ਕੀਤੇ ਥੋੜਾ ਚਿਰ ਪਹਿਲਾਂ ਇੱਥੇ ਇੱਕ ਵੀਰ ਨੇ ਕਿਹਾ ਮੈਂ ਆਮ ਆਦਮੀ ਪਾਰਟੀ ਦੇ ਮੇਰੇ ਰਿਜੈਕਟ ਹੋਏ ਤੇ ਹੱਸੇ ਬੜੇ ਇਹਦਾ ਮਤਲਬ ਕਿ ਇਹਨਾਂ ਦੇ ਦਿਮਾਗ 'ਚ ਹੀ ਕਿ ਜਿਹੜੇ ਆਮ ਆਦਮੀ ਵਾਲੇ ਉਹਨਾਂ ਦੇ ਨਹੀਂ ਰਿਜੈਕਟ ਹੋਣੇ ਚਾਹੀਦੇ ਕਿਉਂਕਿ ਕਾਂਗਰਸੀਆਂ ਦੇ ਰਿਜੈਕਟ ਨਹੀਂ ਹੋਏ ਉਹਨਾਂ ਨੇ ਡੈਮੋਕਰੇਸੀ ਨੂੰ ਜਿਹੜਾ ਲੋਕਤੰਤਰ ਆ ਉਹਦਾ ਘਾਣ ਕੀਤਾ ਸੀ ਤੋ ਬੜੇ ਖੁਸ਼ ਹੋਏ ਕਿ ਰਿਜੈਕਟ ਆਮ ਆਦਮੀ ਪਾਰਟੀ ਦੇ ਮੇਰੀਆਂ ਦੋ ਦਰਖਾਸਤਾਂ ਸੀ ਇੱਕ ਮੇਰੀ ਇੱਕ ਮੇਰੇ ਪਿਤਾ ਜੀ ਦੀ ਤੇ ਮੇਰੀ ਵੀ ਦਰਖਾਸਤ ਹੋ ਗਈ ਮੈਂ ਤੇ ਕਿਸੇ ਨੂੰ ਨਹੀਂ ਕਿਹਾ ਕਿ ਕਾਂਗਰਸੀ ਨੇ ਰਿਜੈਕਟ ਕਰਾਇਆ ਇਸ ਡੇਰੇ ਬਾਬੇ ਨਾਨਕ ਹਲਕੇ ਦੇ ਵਿੱਚ ਲਗਭਗ 60-70% ਜਿਹੜੀ ਹੋਈ ਆ ਨਾ ਇਹ ਜਿਹੜੀ ਰਿਜੈਕਟ ਵਾਲੀ ਗੱਲ ਇਹਦੇ 'ਚ ਕੋਈ ਨਹੀਂ ਆ ਵੀ ਕਿਸੇ ਕਾਂਗਰਸੀ ਦੇ ਧੱਕੇ ਨਾਲ ਰਿਜੈਕਟ ਕਰਾਏ ਆਮ ਆਦਮੀ ਪਾਰਟੀ ਨੇ ਜਾਂ ਦੂਜੇ ਨੇ ਇੱਥੇ ਜਿਹੜੇ ਭਾਜੀ ਨੇ ਗੱਲ ਕੀਤੀ ਨਾ ਕਿ ਕੈਂਡੀਡੇਟ ਨਹੀਂ ਹੈਗੇ ਉਹ ਗੱਲ ਇਹ ਪਿੰਡਾਂ 'ਚ ਚੱਲਣ ਦੀ ਆ ਕਿ ਆਮ ਆਦਮੀ ਪਾਰਟੀ ਦਾ ਸਰਪੰਚ ਨਹੀਂ ਬਣਨਾ ਕਾਂਗਰਸੀ ਤੇ ਅਕਾਲੀ ਰਲ ਗਏ ਆ ਵੀ ਅਸੀਂ ਆਮ ਆਦਮੀ ਦਾ ਸਰਪੰਚ ਨਹੀਂ ਬਣਨਾ ਇਹ ਵੀ ਇੱਕ ਚੱਲ ਮੈਂ ਅਕਾਲੀਆਂ ਤੋਂ ਹੀ ਜਵਾਬ ਲੈ ਲਾਂ ਜਵਾਬ ਦੇ ਦਿਓ ਮੈਂ ਦੋ ਗੱਲਾਂ ਕਰੂੰਗਾ ਜੀ ਇੱਕ ਤੇ ਮੇਰੇ ਵੀਰ ਨੇ ਗੱਲ ਕੀਤੀ ਹੈ ਕਿ ਮਸੀਹ ਭਾਈਚਾਰੇ ਦੀ ਕੋਈ ਨਹੀਂ ਸੁਣਦਾ ਵੇਖੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਇੱਕ ਤੇ ਆ ਵੀਰ ਸਾਹਿਬ ਨੇ ਖਲੋਤਾ ਬੱਬੂ ਮਸੀਹ ਨੂੰ ਸਰਪੰਚ ਬਣਾਇਆ ਜਿਹੜੀ ਚੇਅਰਪਰਸਨ ਸੀ ਬੀਬੀ ਬਲਾਕ ਸੰਮਤੀ ਦੀ ਉਹ ਵੀ ਮਸੀਹ ਭਾਈਚਾਰੇ ਦੇ ਵਿੱਚੋਂ ਬੀਬੀ ਕਲਾਰਾ ਨੂੰ ਅਸੀਂ ਮਸੀਹ ਭਾਈਚਾਰੇ ਦੀ ਚੇਅਰਮੈਨ ਬਣਾਇਆ ਉਹਨੂੰ ਚੇਅਰਪਰਸਨ ਬਣਾਇਆ ਮਸੀਹ ਭਾਈਚਾਰੇ ਦੂਸੀ ਗਈ ਨਸ਼ੇ ਦੀ ਗੱਲ ਨਸ਼ੇ ਦਾ ਮੁੱਦਾ ਹਮੇਸ਼ਾ ਜਦੋਂ ਚੱਲਦਾ ਪੰਜਾਬ 'ਚ ਇਹ ਕਹਿੰਦੇ ਜੀ ਅਕਾਲੀਆਂ ਨੇ ਨਸ਼ਾ ਲਿਆਂਦਾ ਹੁਣ ਤਾਂ 7.5 ਸਾਲ ਹੋ ਗਏ ਅਕਾਲੀਆਂ ਨੂੰ ਬਾਹਰ ਗਿਆ ਨੂੰ ਮੈਂ 10 ਸਾਲ ਸਰਪੰਚ ਰਿਹਾ ਪਿੰਡ ਦਾ ਮੇਰੇ ਪਿੰਡ ਦੇ ਵਿੱਚ ਕਿਤੇ ਮਾੜੀ ਮੋਟੀ ਕਿਸੇ ਨੇ ਸ਼ਰਾਬ ਵੇਚ ਲਈ ਹੋਊਗੀ 10 ਸਾਲਾਂ ਦੇ ਵਿੱਚ ਅੱਜ ਮੇਰਾ ਪਿੰਡ ਚਿੱਟੇ ਦਾ ਘਰ ਬਣਿਆ ਪਿਆ ਆ ਉਹ ਹੁਣ ਨਸ਼ਾ ਕੌਣ ਲੈ ਕੇ ਆ ਰਿਹਾ ਸਾਹਿਬ ਨਸ਼ਾ ਤੇ ਲਾਅ ਐਂਡ ਆਰਡਰ ਦੋ ਇਸ਼ੂ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਮੈਨੂੰ ਲੱਗਦਾ ਪਿੰਡਾਂ ਦੇ ਇਲੈਕਸ਼ਨ ਦੇ ਵਿੱਚ ਵੀ ਇਹ ਇਸ਼ੂ ਤੇ ਐਡਰੈਸ ਹੋਣੇ ਚਾਹੀਦੇ ਵੇਖੋ ਜਿਹੜਾ ਨਸ਼ੇ ਦਾ ਮਸਲਾ ਹੈ ਮੈਂ ਇਹਨਾਂ ਸਾਰਿਆਂ ਨੂੰ ਪੁੱਛਦਾ ਤੁਹਾਡੇ ਚੈਨਲ ਦੇ ਜ਼ਰੀਏ ਕਿ ਇਹ ਨਸ਼ਾ 2.5 ਸਾਲਾਂ ਦਾ ਆ ਇਹਨਾਂ ਨਸ਼ੇ ਨੂੰ ਲਿਆਉਣ ਵਾਲੇ ਕੌਣ ਸੀਗੇ ਕਿ ਇਹ 2.5 ਸਾਲਾਂ 'ਚ ਹੀ ਨਸ਼ਾ ਪੰਜਾਬ ਜਿਹੜੀ ਜਿਵੇਂ ਅੱਜ ਉਹ ਕਹਿ ਰਹੇ ਆ ਵੀ ਕੋਈ ਗੋਲੀਆਂ ਵੇਚੀ ਜਾਂਦਾ ਕੋਈ ਕੁਛ ਉਹਨੂੰ ਤੇ ਤੁਸੀਂ ਕੰਟਰੋਲ ਕਰ ਸਕਦੇ ਹੋ ਨਾ ਸਰਕਾਰ ਤੁਹਾਡੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਨਸ਼ਾ ਖਤਮ ਤਾਂ ਨਹੀਂ ਹੋਇਆ ਪਰ ਨਸ਼ਾ ਪੰਜਾਬ 'ਚ ਘਟਿਆ ਬਹੁਤ ਹੈ ਇਹ ਮੰਨਣਾ ਪਊਗਾ ਬੜੀਆਂ ਬੜੀਆਂ ਵੱਡੀਆਂ ਮੱਛੀਆਂ ਜਿਹੜੀਆਂ ਫੜ ਕੇ ਅੰਦਰ ਦਿੱਤੀਆਂ ਅਕਾਲੀ ਦਲ ਵਾਲੇ ਕਹਿੰਦੇ ਨੇ ਇਹਨਾਂ ਦਾ ਇੱਕ ਸੀਗਾ ਉੱਥੇ ਚੇਅਰਮੈਨ ਕਿਹੜਾ ਮਸੀਹ ਸੀਗਾ ਜਿਹਦੇ ਕੋਲ 2 ਕੁਇੰਟਲ ਦੇ ਲਗਭਗ ਡਰਾਈ ਗਾਇਸ ਫੜੀ ਗਈ ਅੰਮ੍ਰਿਤਸਰ 'ਚੋਂ ਉਹ ਅਕਾਲੀ ਦਲ ਦਾ ਸੀਗਾ ਉਹ ਕੌਣ ਸੀਗਾ ਸੁਲਤਾਨ ਮਿੰਟ ਵਾਲਾ ਅਕਾਲੀ ਦਲ ਵਾਲਾ ਸੀਗਾ ਕੌਣ ਸੀਗਾ ਜੀ ਉਮੀਦਵਾਰ ਗੌਰਵ ਆਖਰੀ ਕੋਈ ਠੀਕ ਹੈ ਮੈਂ ਕੁਝ ਹੋਰ ਦੇਖੋ ਆਪਾਂ ਬਿਲਕੁਲ ਆਖਰੀ ਪੜਾਅ ਦੇ ਵਿੱਚ ਹੈ ਇਸ ਚਰਚਾ ਦੇ ਛੋਟੀ ਛੋਟੀ ਆਪਣੀ ਗੱਲ ਰੱਖਿਓ ਮੈਂ ਚਾਹਾਂਗਾ ਕਿ ਥੋੜਾ ਜਿਹਾ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਨਾਲ ਨਾ ਹੋਣ ਜੁੜੇ ਹੋਏ ਤਾਂ ਖੁੱਲ੍ਹ ਕੇ ਗੱਲ ਰੱਖ ਲੈਣ ਆਪਣੀ ਬੋਲੋ ਤੁਸੀਂ ਕੋਈ ਗੱਲ ਨਹੀਂ ਭਾਜੀ ਆ ਨਾ ਸਰਮਸੰਤੀਆਂ ਦਾ ਜਿਹੜਾ ਬੜਾ ਹੀ ਕੰਮ ਚੱਲਿਆ ਇਹ ਜਦੋਂ ਐਮਐਲਏ ਦੀਆਂ ਸ਼ੀਟਾਂ ਹੁੰਦੀਆਂ ਉਦੋਂ ਕਰਾਉਣ ਹਾਂ 3-4 ਸਿਰਫ ਐਮਐਲਏ ਹੁੰਦੇ ਹਨਾ ਹਰ ਪਾਰਟੀ ਦੇ ਉਹ ਕਾਂਗਰਸ ਦਾ ਹੋ ਗਿਆ ਅਕਾਲੀਆਂ ਦਾ ਹੋ ਗਿਆ ਜਾਂ ਕਿੱਦਾਂ ਉਦੋਂ ਸਰਮਸੰਤੀ ਕਰਨਾ ਅਸੀਂ ਬੱਚੇ ਦੇਵਾਂਗੇ ਜਿਹੜੇ ਬੱਚੇ ਚਾਹਦੇ ਨੇ 2-3 ਸਾਲ ਦੇ ਅਸੀਂ ਬੱਚੇ ਦੇਵਾਂਗੇ ਤੁਸੀਂ ਨਸ਼ਾ ਚਲੋ ਆ ਕਿ ਨਾ ਕੀ ਬਾਪੂ ਜੀ ਤੁਹਾਡਾ ਮੈਂ ਤੁਹਾਡੇ ਕੋਲ ਵਾਪਸ ਇੱਕ ਸੈਕਿੰਡ ਉਹਨਾਂ ਨੂੰ ਗੱਲ ਪੂਰੀ ਕਹਿੰਦੇ ਬਾਪੂ ਜੀ ਸਭ ਤੋਂ ਜ਼ਿਆਦਾ ਦੁਖੀ ਹੈ ਤੁਸੀਂ ਤੇ ਸਰਕਾਰ ਹੈ ਤੁਹਾਡੀ ਆਮ ਆਦਮੀ ਪਾਰਟੀ ਦਾ ਤੁਸੀਂ ਪੱਲਾ ਪਾਇਆ ਦੁਖੀ ਕਾਤੋਂ ਰਣਜੀਤ ਸਿੰਘ ਸ਼ਕਰੀ ਮੇਰਾ ਨਾਮ ਜੀ ਹਾਂਜੀ ਪਿਛਲੀ ਵਾਰੀ ਰਧਾਵਾ ਸਾਹਿਬ ਨੇ ਜੋ ਸਾਰੇ ਧੱਕੇ ਨਾਲ ਸਰਪੰਚ ਬਣਾਏ ਜੀ ਇੱਕ ਮੇਰੇ ਪਿੰਡ ਤੇ 2-3 ਪਿੰਡ ਹੋਰ ਇਲੈਕਸ਼ਨ ਹੋਈ ਜਿੱਥੇ ਨਾ ਕਬਜ਼ੇ ਕਰਕੇ ਸਾਰੀ ਕਾਂਗਰਸ ਪਿੰਡ ਜਾ ਕੇ ਉੱਥੇ ਕਬਜ਼ਾ ਕਰਕੇ ਜੋ ਵੀ ਮੁੜ ਕੇ ਪੰਚਾਇਤ ਵੀ ਭੰਗ ਹੋਈ ਜੀ ਸਾਰੇ ਬਸ਼ੰਬਰ ਹੋਣੀ ਉੱਥੇ ਤੁਹਾਡੇ ਕਰਦੇ ਜੀ ਜੋ ਹਾਲ ਹੋਇਆ ਸ਼ਕਰੀ ਸਾਰਿਆਂ ਨੂੰ ਪਤਾ ਜੀ ਫਿਰ ਇਹਨਾਂ ਦੇ ਪੰਚਾਇਤਾਂ ਭੰਗ ਹੋਈ ਬੂਥ ਕੈਪਚਰ ਦੇ ਇਹਨਾਂ ਦੇ ਪਰਚੇ ਵੀ ਹੋਏ ਜੀ ਇਹ ਸਾਰੇ ਕਾਂਗਰਸ ਧੱਕੇ ਕੀਤੇ ਇਹਨਾਂ ਜਿੰਨੇ ਹੱਦੋਂ ਵੱਧ ਜੀ ਪਰਚੇ ਕਰਾ ਨਹੀਂ ਐਤਕੀ ਹੁਣ ਤੁਸੀਂ ਬਣ ਰਹੇ ਹੋ ਕਿ ਐਰਕਾ ਇਹਨਾਂ ਦੇ ਆਖੇ ਰੰਧਾਵਾ ਸਾਹਿਬ ਇਹਦਾ ਮੁੰਡਾ ਬੇਟਾ ਉਹਦੇ ਵੀਰ ਦਾ ਪੀਏ ਜ਼ੋਰ ਲਾ ਰਿਹਾ ਜੀ ਮੇਰੇ ਪਿੰਡ ਵਾਲੇ ਲੱਭੇ ਨਹੀਂ ਇਹਨਾਂ ਨੂੰ ਕਾਗਜ਼ ਭਰਨੇ ਨਹੀਂ ਆਏ ਜੀ ਆਉਂਦੇ ਹੀ ਨਹੀਂ ਉਹਦਾ ਮੁਕਾਬਲਾ ਕਰ ਰਹਾ ਜੀ ਮੁੜ ਤੁਸੀਂ ਬਣ ਗਏ ਹੋ ਐਤਕੀ 35 ਸਾਲਾਂ ਦੇ ਬਣਦੇ ਹੁੰਦੇ ਹਾਂ ਜੀ ਚਲੋ ਫਿਰ ਤੇ ਚਲੋ ਦੇਰ ਆਏ ਦਰੁਸਤ ਆਏ ਕੁਝ ਫਾਇਦਾ ਤੇ ਹੋਇਆ ਹਾਂ ਚਲੋ ਤੁਸੀਂ ਆਪਣੀ ਗੱਲ ਕਹਿ ਜੀ ਗੌਰਵ ਬਸ ਬਿਲਕੁਲ ਜੀ ਮੈਂ ਤੁਹਾਡੇ ਕੋਲ ਆ ਰਿਹਾ ਥੋੜਾ ਟਾਈਮ ਦਿਓ ਇੱਕ ਵਾਰੀ ਮੈਂ ਕੁਝ ਲੋਕਾਂ ਦੇ ਨਾਲ ਗੱਲਬਾਤ ਕਰ ਲਈ ਇਕੱਠੇ ਜਵਾਬ ਦਿਓ ਮੈਨੂੰ ਲੱਗਦਾ ਰੰਧਾਵਾ ਸਾਹਿਬ ਤੇ ਦਰਭੰਬਰਾ ਸਾਹਿਬ ਖੜੇ ਨੇ ਇਹਨਾਂ ਕੋਲ ਲੋਕ ਜ਼ਿਆਦਾ ਸਵਾਲ ਪੁੱਛਣੇ ਨੇ ਸਰਕਾਰ ਤੁਹਾਡੀ ਹੈ ਉਹਨਾਂ ਦੀ ਰਹੀ ਹੈ ਇਸ ਕਰਕੇ
बोलो जी, थोड़ा छोटा छोटा रखियो, बोलते रहो। मैं 55 साल मेरी उम्र हो चली है, ऐतक जी इलेक्शन होनी है ना, बहुत बढ़िया, कोई मतभाज नहीं, कोई गल नहीं, कोई बात नहीं, कोई झगड़ा नहीं है, बिलकुल बढ़िया। साढ़े पिंड के सरपंच साहब जसबीर सिंह बैठे, अहि बिलकुल नारायण रंधावा साहब के नाल खड़ोते हैं। आ जिहड़ा तुसीं पाया ना पटका, इहदे नाल लोकां नूं लगना कि तुसीं झाड़ू वालिआं दी हमायत करी जांदे? अहि झाड़ू नाल अहि झाड़ू मार देना, सारा कुछ साफ कर देना। ठीक है, होर कुछ बोलना चाहना? हाँ जी, थोड़ा जिहा छोटा रखियो। मैं एक मिनट लई कहना चाहुंदा जी, असीं सारे भरा भरावां प्यार नाल रहीए। जिमनी चोण नेड़े आ रही, मुछा ते नींबू टिक दे अखवा खरोटा, मुछा ते नींबू टिक दे अखवा खरोटा, सच जिन्हां ने सिमरिया नहीं आउंदियां टोटा, सच जिन्हां ने सिमरिया नहीं आउंदियां टोटा, सच्चे तरीके नाल इलेक्शन लड़के चढ़दी कला च अपना। अच्छा, बड़ा इंटरेस्टिंग है, एक सैकंड कह रहे हैं, एक सैकंड की मैं थोड़ा कवर विजय प्रताप ने आप कहा भी राघव चढ़े का नशा वेखदा, ढाडे सारे न्यूज चैनल से खबर चली आ। उधर मैं फौज साहब का जवाब दिना भी तुम एम पी इलेक्शन तक यो पार्टी च रहोगे, इना पहला क्लीयर कर दो। चलो जवाब बड़ा तू मजा दिता ही, घड़ी का पता नहीं तेन सवेरे सह आना कि नहीं, मेनू आना, पर जिन्ना चिर रहूगा उन्ना चिर असा पार्टी च रहूगा। जरा 20 साल है इन्हों सरपंच नहीं बनाया, पशु सुखी कितने दिया कितने, अभी तो अज भी टाइम रहे किसी को घट नहीं है। मेनू भुलेखा जा पै रहा रंधावा साहब नाल, भवरा साहब जवाब देना, पहला शोर ना बचाओ, भवरा साहब जवाब देना चाहते।